ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ। ਉਮੀਦ ਕਰਨੇ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸ ਦਿਨ ਮੁਸਕਰਾਉਂਦਿਆਂ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੀ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫ਼ਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਲਾਈਕ ਕਰੋ ਅਤੇ ਦੋਸਤਾਂ ਨੂੰ ਵੀ ਸ਼ੇਅਰ ਕਰੋ ਅਤੇ ਪਿਆਰਾ ਜਿਹਾ ਕਮੈਂਟਸ ਕਰੋ ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਆਖਰ ਤੱਕ ਪੂਰੀ ਦੇਖੋ, ਤੁਹਾਨੂੰ ਚੰਗੀ ਲੱਗੇਗੀ। ਅਤੇ ਸਾਦਾ ਅੱਜ ਵੀ ਫਿਰ ਜਿੱਤੀ ਹੈ, ਵੱਡੇ ਕਬੂਤਰ ਅੱਜ ਦੂਸਰਾ ਦਿਨ ਨੇ ਦੂਜੀ ਵਾਰ ਬਾਹਰ ਕੱਢੇ ਨੇ, ਠੀਕ ਹੈ ਵੀ ਨਿਕਲੇ ਨੇ। ਬੱਚੇ ਵੀ ਡਾਏ ਨੇ 14 ਕੋਈ, ਤਰੇ ਕੋਈ ਬੈਠੇ ਨੇ 3-4। ਤਕਰੀਬਨ 1:45 ਦਾ ਟਾਈਮ ਹੋ ਗਿਆ ਅਤੇ ਬਾਕੀ ਜੂਨ ਜੀ ਬੱਚੇ ਬਹਿਣਗੇ ਉਹਨਾਂ ਦੀ ਵੀਡੀਓ ਬਣਾਵਾਂਗੇ। ਅਤੇ ਕੱਲ੍ਹ ਦੀ ਫੀਟ ਵਾਸਤੇ ਵੀ ਦੁਆ ਸ਼ਾ ਕਰਿਓ ਕਿ ਬੱਚੇ ਅੱਛੇ ਉੱਡਣ। ਅਤੇ ਪਹਿਲੇ ਦਿਨ ਬੱਚੇ ਠੀਕ ਹੀ ਉੱਡ ਗਏ ਨੇ, ਅੱਗੋਂ ਰੂਟੀਨ ਵਿੱਚ ਆ ਜਾਣਗੇ। ਆਖਰੀ 4 ਫੜਕਾਂ ਇਨਸ਼ਾ ਅੱਲਾ ਬੱਚੇ ਅੱਛੀਆਂ ਦੇਣਗੇ ਅਤੇ ਰਿਜ਼ਲਟ ਅੱਛਾ ਹੀ ਮਿਲੇਗਾ। ਦੋਸਤੋ ਭਰਾਓ, ਗੋਲਡਨ ਬੱਚਾ ਆਏ ਆ, ਫਿਰਦਾ ਪਿਆ ਨੀਵਾਂ ਨੀਵਾਂ, ਇਹ ਵੀ ਲੱਖ ਯਾਰ ਨਾ ਕਾਫੀ ਫਿਰਦਾ ਥੱਲੇ ਥੱਲੇ, ਡਰ ਹੀ ਰਹਿੰਦਾ ਕਿ ਜੇ ਸਾਈਡ ਦੇ ਨਾ ਜਿਕਣ ਬਹਿ ਜੇ ਤਾਂ ਉਂਝ ਫਿਰਦਾ ਰਹਿੰਦਾ। ਆ ਕੇ ਇਹ ਚੈੱਕ ਕਰੋ, ਇਹ ਸਾਹਮਣੇ ਇਹ ਦੋਸਤੋ ਭਰਾਓ ਗੋਲਡਨ ਜਿਹੜਾ ਨਾ ਇਹ ਵਨ ਡੇ ਵਿੱਚ ਉੱਡਿਆ ਅਤੇ 7:23 'ਤੇ ਬੈਠਾ ਆ। ਅਤੇ ਉਸ ਤੋਂ ਬਾਅਦ ਇੱਕ ਫਿਰਦੇ ਜਿਹਨੂੰ ਲਗੜ ਦੇ ਮਗਰ ਲੱਗਿਆ, ਉਸ ਤੋਂ ਬਾਅਦ ਤਰੱਠੇ ਹੈ, ਇਹਨੂੰ ਫਿਰ ਉਸਤਾਦਾਂ 5 ਰੋਜ਼ਾਂ ਵਿੱਚ ਵੀ ਨਹੀਂ ਡਾਇਆ। ਅਤੇ ਨੀਵਾਂ ਆ ਕੇ ਵੀ ਨਾ ਕਾਫੀ ਦੇਰ ਫਿਰਦਾ ਰਹਿੰਦਾ, ਲੱਖ ਹੀ ਯਾਰ, ਲੱਖ ਹੀ ਮਾਲੀ ਜਿਹੜੀ ਜੇਠ ਵਿੱਚ ਉੱਡਦੀ ਰਹੀ ਉਹਦੇ ਯਾਰ। ਅਤੇ ਹੁਣ ਵੀਡੀਓ ਸ਼ੁਰੂ ਕੀਤੀ, ਐਂ ਨਹੀਂ ਲੱਗਾ ਬਹਿ ਚੱਲੇ ਤਾਂ ਹੁਣ ਵੀ ਬਹਿੰਦਾ ਜਾਂ ਨਹੀਂ। ਇੱਕ ਵਾਰੀ ਤਾਂ ਅੱਗੇ ਨੀਵਾਂ ਹੋਏ ਜਾਂ ਤਾਂ ਫਿਰ ਵੀ ਤੁਹਾਨੂੰ ਥੋੜ੍ਹਾ ਜਿਹਾ ਉੱਚਾ ਸ਼ਾਇਦ ਬਹਿ ਜੇ। ਚਲੋ ਜੀ ਹੁਣ ਇੱਕ ਰੂਟ ਹੋਰ ਉੱਧਰ ਦਾ ਮਾੜਾ ਜਿਹਾ ਚੱਕਰ ਪਿਆ ਲਾਉਂਦਾ। ਅਤੇ ਹੁਣ ਅੱਜ ਉਸਤਾਦ ਲੱਗੇ ਜੌਂ ਸਿਰੇ ਦੀ ਜਗ੍ਹਾ 'ਤੇ, ਇਹਦਾ ਹੀ ਰਿਸਕ ਲੈ ਜਾਂਦੇ ਨਾ, ਇੱਕ ਕੈਲਪਰ ਵੀ ਜਿਉਂਦਾ ਅਤੇ ਠੀਕ ਹੀ ਆ ਉਹ ਬੱਚਾ। ਹੁਣ ਉਹਦਾ ਉਂਝ ਕੱਲ੍ਹ ਹੀ ਪਤਾ ਲੱਗੇ ਤਾਂ ਜੌਂ ਸਿਰੇ ਦਾ ਕੀ ਕਰਦਾ, ਮਤਲਬ ਕੱਲ੍ਹ ਹੋ ਸਕਦਾ ਕੋਈ ਮਤਲਬ ਹਾ ਹੀ ਜਾਏ, ਪਰ ਉਹ ਤਾਂ ਪਤਾ ਲੱਗੇਗਾ ਕੱਲ੍ਹ। ਕੀ ਲਾ ਲੈ ਬਹਿ ਚੱਲੇ ਮਾਸ਼ਾਅੱਲਾ। ਇਹ ਬੱਚਾ ਵਾਂਡਿਆਂ ਵਿੱਚ ਉੱਡਿਆ ਆ, ਠੀਕ ਹੈ ਲਓ ਜੀ ਬਹਿ ਗਿਆ। ਕਿਸ ਟਾਈਮ ਦੋ ਛੱਬੀਆਂ 'ਤੇ ਬਹਿ ਗਿਆ ਅਤੇ ਬਾਕੀ ਉੱਪਰ 8 ਲੱਭਦੇ ਨੇ ਵਿਆਹੁਣ ਫਿਲਹਾਲ, ਕੁਝ ਵੱਡੇ ਨੇ ਅਤੇ ਕੁਝ ਬੱਚੇ ਨੇ। ਦੋਸਤੋ ਭਰਾਓ ਇੱਕ ਹੋਰ ਬੱਚਾ ਬਹਿੰਦਾ ਪਿਆ, ਉਹ ਸੱਜਣੋ ਅਤੇ ਮਿੱਤਰੋ ਸੱਚੇ ਆਹਣਾ ਅਤੇ ਦੋਸਤੋ ਭਰਾਓ ਆਖ ਸਟਿਆ, ਸੱਜਣੋ ਅਤੇ ਮਿੱਤਰੋ ਇੱਕ ਹੋਰ ਬੱਚਾ ਬਹਿੰਦਾ ਪਿਆ, ਚੈੱਕ ਕਰੋ ਵੇਖੋ। ਉਮਰ ਬਾਈ ਅੱਗੇ ਕਹਿ ਰਹੇ ਦੋਸਤੋ ਭਰਾਓ ਛੱਡ ਕੇ ਕੋਈ ਵਿਆੜੇ ਆਖਿਆ ਕਰੋ ਸੱਜਣੋ ਅਤੇ ਮਿੱਤਰੋ, ਤਾਂ ਮੈਂ ਆਖਿਆ ਠੀਕ ਹੈ ਐਵੇਂ ਹੈ। ਉਮਰ ਬਾਈ ਹੱਸ ਰਹੇ ਨੇ ਇਹ ਸਾਹਮਣੇ। ਦੋਸਤੋ ਭਰਾਓ ਅੱਗੇ ਦੇ ਲੋਕ ਤੁਰ ਗਏ, ਕੋਈ ਬੱਚੇ ਬਹਿ ਗਏ ਨੇ ਅਤੇ ਬਾਕੀ ਫਿਲਹਾਲ ਹੁਣ ਦੋ ਬੱਚੇ ਸ਼ੋ ਨੇ, ਦੋ ਤਾਂ ਲੱਭਦੇ ਹੀ ਨਹੀਂ ਪਏ, ਪਤਾ ਨਹੀਂ ਗਿਰੇ ਬੱਦਲਾਂ ਦੇ ਢਾਹ ਚੜ ਗਏ ਨੇ, ਦੋ ਲੱਭਦੇ ਨੇ। ਇਹਨਾਂ ਦੀ ਵੀਡੀਓ ਬਣਾਉਂਦੇ ਹਾਂ, ਇੱਕ ਤਾਂ ਨੀਵਾਂ ਹੈ ਬਹਿਣ ਦੇ ਕਰੀਬ, ਦੂਜਾ ਥੋੜ੍ਹਾ ਜਿਹਾ ਉੱਚਾ ਹੀ ਹੈ। ਛੇ ਵੱਜ ਕੇ 9 ਦੇ
6:43